ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਗੁਰਚਰਨ ਸਿੰਘ ਢਿੱਲੋਂ। ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਕਿਤਾਬ ਰਾਹ ਰਸਤੇ ਵਿੱਚੋਂ ਵਿਗਿਆਨ ਅਤੇ ਧਰਮ ਬਾਰੇ ਪੜ੍ਹਾਂਗੇ। ਵਿਗਿਆਨ ਅਤੇ ਧਰਮ ਸਾਡੇ ਅਨੁਭਵ ਦੇ ਦੋ ਸਿਰੇ ਹਨ। ਵਿਗਿਆਨ ਦਾ ਸੰਬੰਧ ਅਨੁਭਵ ਨਾਲ ਹੈ। ਇਸ ਪਦਾਰਥਕ ਸੰਸਾਰ ਵਿੱਚ ਕੇਵਲ ਆਤਮਾ ਹੈ ਜੋ ਪਦਾਰਥ ਨਹੀਂ ਹੈ। ਵਿਗਿਆਨ ਸੁੱਖ ਸਹੂਲਤਾਂ ਦੇ ਸਕਦਾ ਹੈ, ਸੰਤੋਖ ਅਤੇ ਆਨੰਦ ਨਹੀਂ। ਪਿਆਰ, ਸਨੇਹ, ਕਰੁਣਾ, ਹਮਦਰਦੀ ਆਦਿ ਆਤਮਾ ਦੇ ਪ੍ਰਗਟਾਵੇ ਹਨ। ਇੱਕ ਵਿਗਿਆਨ ਕਿਸੇ ਦੂਜੇ ਵਿਗਿਆਨ ਦਾ ਵਿਰੋਧ ਨਹੀਂ ਕਰਦਾ, ਕਿਉਂਕਿ ਇਹ ਸੁਤੰਤਰ ਸੋਚ ਦੀ ਖੁੱਲ੍ਹ ਦਿੰਦਾ ਹੈ। ਜਦੋਂ ਧਰਮ ਸੁਤੰਤਰ ਸੋਚ ਦੀ ਖੁੱਲ੍ਹ ਖੋਹ ਲੈਂਦਾ ਹੈ, ਉਹ ਧਰਮ ਨਾ ਰਹਿ ਕੇ ਰਾਜਨੀਤੀ ਹੋ ਨਿਬੜਦਾ ਹੈ। ਇਸੇ ਕਰਕੇ ਧਰਮਾਂ ਵਿਚਕਾਰ ਵਿਰੋਧਤਾ ਹੈ। ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ